ਅਧਿਆਇ ਦੂਜਾ 8th ਕਲਾਸ ਦਾ ਅਧਿਆਇ ਨੰਬਰ ਦੂਜਾ ਯਾਨੀ ਕਿ ਚੈਪਟਰ ਨੰਬਰ ਹੈਗਾ 2 ਤਾਂ ਹੈਗਾ ਕੀ ਹੈ ਇੱਕ ਚੱਲ ਵਾਲੇ ਰੇਖੀ ਸਮੀਕਰਨ ਇੱਕ ਚੱਲ ਵਾਲੇ ਸਮੀਕਰਨ ਯਾਨੀ ਕਿ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ ਅੱਜ ਆਪਾਂ ਇਹਦੀ ਜਿਹੜਾ ਅਭਿਆਸ ਕਰਨਾ ਹੈਗਾ 2.3 ਫਰੈਕਸ਼ਨ ਵਾਲੇ ਸਵਾਲ ਹੁਣ ਤੱਕ ਆਪਾਂ ਜਿਹੜੇ ਸਵਾਲ ਕੀਤੇ ਆ ਸਿੰਪਲ ਕੀਤੇ ਆ 3x-7 ਬਰਾਬਰ 2x-2 ਏਦਾਂ ਦੇ ਕੀਤੇ ਆ ਇਹਨਾਂ ਵਿੱਚ ਕੋਈ ਫਰੈਕਸ਼ਨ ਭਿੰਨ ਹੈਗੀ ਆ ਭਿੰਨ ਆਪਾਂ ਕਿਹਨੂੰ ਕਹਿੰਦੇ ਸੀ ਉੱਤੇ ਵੀ ਰਕਮ ਥੱਲੇ ਵੀ ਰਕਮ ਭਿੰਨ ਜਾਂ ਫਰੈਕਸ਼ਨ ਆਪਾਂ ਕਹਿੰਦੇ ਹਾਂ ਇੱਕ ਸਿੰਪਲ ਦੇਸੀ ਭਾਸ਼ਾ ਚ ਗੱਲ ਕਰੀਏ ਤਾਂ ਬਟਿਆਵਾਂ ਦੀ ਠੀਕ ਹੈ ਹੁਣ ਇਹ ਸਵਾਲਾਂ ਚ ਹੁਣ ਤੱਕ ਆਪਾਂ ਏਦਾਂ ਦੇ ਸਵਾਲ ਕੀਤੇ ਆ ਸਮੀਕਰਨਾਂ ਦੇ ਲੀਨੀਅਰ ਇਕੁਏਸ਼ਨ ਦੇ ਜਿਹਦੇ ਵਿੱਚ ਏਦਾਂ ਦੀਆਂ ਰਕਮਾਂ ਨਹੀਂ ਹੈ ਅੱਜ ਜਿਹੜਾ 2.3 ਐਕਸਰਸਾਈਜ਼ ਕਰਨੀ ਆ ਉਹਦੇ ਵਿੱਚ ਸਵਾਲਾਂ ਚ ਰਕਮਾਂ ਬਟਿਆਂ ਵਾਲੀ ਭਿੰਨ ਫਰੈਕਸ਼ਨ ਹੋਗੀ ਸਮਝ ਲੱਗ ਗਈ ਸਾਰਿਆਂ ਨੂੰ ਪਹਿਲਾ ਸਵਾਲ ਦੇਖੀਏ ਇੱਕ ਨੰਬਰ ਸਵਾਲ ਆ ਗਿਆ ਐਨ ਬਟੇ 2-3n/4+5n/6 ਬਰਾਬਰ 21 ਆ ਰਕਮ ਹੁਣ ਦੇਖੋ ਇਧਰਲੇ ਪਾਸੇ ਯਾਨੀ ਕਿ ਲੈਫਟ ਸਾਈਡ ਸਾਰੀਆਂ ਰਕਮਾਂ ਕਿੱਦਾਂ ਦੀਆਂ ਬਟੇ ਫਰੈਕਸ਼ਨ ਹੈ ਨਾ ਆ ਵੀ ਬਟਿਆਂ ਵਾਲੀ ਰਕਮ ਆ ਵੀ ਬਟਿਆਂ ਵਾਲੀ ਰਕਮ ਆ ਵੀ ਬਟਿਆਂ ਵਾਲੀ ਰਕਮ ਯਾਨੀ ਕਿ ਫਰੈਕਸ਼ਨ ਰਕਮ ਹੈ ਤਾਂ ਹੁਣ ਫਰੈਕਸ਼ਨ ਰਕਮਾਂ ਦਾ ਭਿੰਨਾਂ ਦਾ ਜੋੜ ਘਟਾਓ ਨਿਸ਼ਾਨ ਹੈ ਵਿੱਚ ਕੋਈ ਗੁਣਾ ਭਾਗ ਦੇ ਨਿਸ਼ਾਨ ਹੈਗੇ ਆ ਤਾਂ ਜੋੜ ਘਟਾਓ ਬਟਿਆਂ ਵਾਲੀ ਦਾ ਆਪਾਂ ਕਿਹੜੇ ਤਰੀਕੇ ਨਾਲ ਕਰਦੇ ਸੀ ਬਟਰਫਲਾਈ ਮੈਥਡ ਤਿੱਤਲੀ ਵਾਲਾ ਤਰੀਕਾ ਉਹ ਸਾਰਿਆਂ ਨੂੰ ਆਉਂਦਾ ਤਾਂ ਆਪਾਂ ਇੱਥੇ ਉਹੀ ਕਰਨਾ ਜਿਹੜਾ ਨਾਲ ਅੰਗਰੇਜ਼ੀ ਦਾ ਅੱਖਰ ਇੰਗਲਿਸ਼ ਵੇਰੀਏਬਲ ਐਨ ਲਿਖਿਆ ਹੋਇਆ ਉਹਦਾ ਕੋਈ ਮਕਸਦ ਨਹੀਂ ਉਹਨੂੰ ਸਿਰਫ ਉਵੇਂ ਦਾ ਉਵੇਂ ਲਿਖੀ ਜਾਂਦਾ ਹੁਣ ਬਟਰਫਲਾਈ ਮੈਥਡ ਸਿਰਫ 2 ਰਕਮਾਂ ਦੇ ਅਲੱਗ ਹੁੰਦਾ ਤਾਂ ਪਹਿਲਾਂ ਆਹ 2 ਰਕਮਾਂ ਆਪਾਂ ਕਰਨ ਦਿੱਤੀ ਇੱਥੇ ਮੈਂ ਬ੍ਰੈਕਟ ਪਾ ਲਈ ਤਾਂ ਕਿ ਮੈਨੂੰ ਭੁਲੇਖਾ ਨਾ ਪਵੇ ਕਿ ਕਿਹੜੀਆਂ 2 ਰਕਮਾਂ ਤੇ ਮੈਂ ਤਿੱਤਲੀ ਵਾਲਾ ਤਰੀਕਾ ਲਾਉਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਲਾਈਨ ਮਾਰੀ ਤਾਂ ਇਹਨੂੰ ਇਹਦੇ ਨਾਲ ਹੁਣ ਇਹਦੇ ਅੱਗੇ ਕੋਈ ਨੰਬਰ ਨਹੀਂ ਲੱਗਿਆ ਤਾਂ ਕਿਹੜਾ ਨੰਬਰ ਇੰਗਲਿਸ਼ ਦਾ ਵੇਰੀਏਬਲ ਅੰਗਰੇਜ਼ੀ ਅੱਖਰ ਉਵੇਂ ਦਾ 1-4 ਦਾ ਨਿਸ਼ਾਨ ਕਿਹੜਾ ਹੁਣ ਇਹਨੂੰ ਇਹਦੇ ਨਾਲ 3-2 ਦਾ ਨਾਲ ਐਨ ਫਿਰ ਹੁਣ ਥੱਲੜੇ ਨੂੰ ਥੱਲੜੇ ਨਾਲ 2-4 ਦਾ ਬ੍ਰੈਕਟ ਪਾ ਲਈ ਬਾਕੀ ਸਾਰਾ ਉਵੇਂ ਦਾ ਉਵੇਂ ਲਿਖਦੀ ਅੱਛਾ ਹੁਣ ਦੱਸੋ ਸਿਮਰਨ ਬੇਟਾ ਇਹਦਾ ਕੀ ਕਰਨਾ ਮਾਈਨਸ ਤੇ ਪਲੱਸ ਮਾਈਨਸ ਕਿਉਂ ਮਾਈਨਸ ਕਰਨਾ ਕਿਉਂਕਿ ਅਲੱਗ ਅਲੱਗ ਕੱਛਿਆਂ ਚੋਂ 4 ਘਟਾਏ ਨਿਸ਼ਾਨ ਕਿਹੜੀ ਰਕਮ ਦਾ ਕਿਹੜਾ ਹੋਊਗਾ ਨਾਲ ਇੰਗਲਿਸ਼ ਵੇਰੀਏਬਲ ਐਨ ਉਵੇਂ ਦਾ ਉਵੇਂ ਇਹਦਾ ਕੁਛ ਨੀ ਕਰਦੇ ਪਾਪਾ ਉਵੇਂ ਉਵੇਂ ਉਤਾਰ ਹੀ ਜਾਂਦੇ ਹਾਂ ਬਟੇ 8+5n/6=21 ਇਹ ਹੋ ਗਿਆ ਹੁਣ ਇਹ ਮੈਂ ਫੇਰ ਕਹਿ ਰਹੀ ਹਾਂ ਧਿਆਨ ਨਾਲ ਸੁਣੋ
ਜਦੋ ਬਟਿਆ ਵਾਲੀ ਰਕਮ ਹੋਵੇ ਓਦੋ ਉਪਰ ਥੱਲੇ ਕੱਟ ਸਕਦੇ ਹੋ, ਪਰ ਵਿੱਚ ਪਲੱਸ ਹੈ ਤਾਂ ਐਵੇਂ ਨਹੀਂ ਕੱਟ ਸਕਦੇ। ਸਮਝ ਲੱਗ ਗਈ? ਦੋ ਦੇ ਟੇਬਲ ਦੇ ਟੂ ਵਨਸ ਆ, ਅੱਠ ਕਿੰਨੇ ਨੰਬਰ ਦੇ? ਦੋ ਦੇ ਪਹਾੜੇ ਤੇ ਅੱਠ ਕਿੰਨੇ ਨੰਬਰ ਦੇ? ਚਾਰ ਤੇ ਫੋਰ, ਠੀਕ ਹੈ ਜੀ। ਤਾਂ ਜਵਾਬ ਆ ਗਿਆ ਮਾਈਨਸ ਇੱਕ ਐਨ ਬਟੇ ਚਾਰ ਪਲੱਸ ਪੰਜ ਐਨ ਬਟੇ ਛੇ ਬਰਾਬਰ ਇੱਕੀ। ਨਹੀਂ ਪਹਾੜਿਆਂ ਤੇ ਕੱਢਣਾ ਉਵੇਂ ਵੀ ਕਰ ਸਕਦੇ ਹੋ, ਉਹ ਥੋੜਾ ਲੰਬਾ ਚੱਲ ਜੂਗਾ। ਮੈਨੂੰ ਪਹਾੜਿਆਂ ਤੇ ਕੱਟਣਾ ਸੌਖਾ ਲੱਗ ਰਿਹਾ, ਮੇਰੀ ਰਕਮ ਛੋਟੀ ਹੋ ਗਈ, ਹੋਰ ਕੋਈ ਫਰਕ ਨਹੀਂ ਪਿਆ। ਬਿਨਾਂ ਕੱਟੇ ਦੋ ਵਟੇ ਅੱਠ ਨਾਲ ਵੀ ਕੁਐਸਚਨ ਕਰ ਸਕਦੇ ਹੋ, ਕੋਈ ਗਲਤ ਨਹੀਂ। ਸਮਝ ਲੱਗ ਗਏ? ਹੁਣ ਫੇਰ ਇੱਥੇ ਕਿਹੜਾ ਤਰੀਕਾ? ਤਿਤਲੀ ਵਾਲਾ ਤਰੀਕਾ। ਲਾਈਨ ਮਾਰੀ ਵਨ ਸਿਕਸ ਚਲ, ਹੁਣ ਅੱਗੇ ਮਾਈਨਸ ਹੈ ਨਾ, ਤਾਂ ਮੈਂ ਉਵੇਂ ਦਾ ਉਵੇਂ ਲਾਨੀ ਪਈ ਆ, ਛੱਡਿਆ ਨੀ ਨਾਲ ਐਨ। ਅੱਗੇ ਬੀ ਪਲੱਸ ਫਾਈਵ ਫੋਰ ਜਾ ਬੀ ਟਵੈਂਟੀ ਦੇ ਨਾਲ ਬਟੇ ਸਿਕਸ ਫੋਰ ਜਾ ਟਵੈਂਟੀ ਫੋਰ ਬਰਾਬਰ ਟਵੈਂਟੀ। ਹੁਣ ਤਨੂਜ ਇਹਦਾ ਕੀ ਕਰਦੀ? ਘਟਾਓ ਕਿੰਨਾ ਆਊਗਾ? ਚੌਦਾਂ ਮਾਈਨਸ ਕਰਨੀ ਹੈ, ਵੀਹਾਂ ਚੋਂ ਛੇ ਕੱਢੇ ਚੌਦਾਂ ਐਨ ਵਟੇ ਇੱਕੀ ਚੌਵੀ ਬਰਾਬਰ ਇੱਕੀ ਆ ਗਿਆ। ਹੁਣ ਉਵੇਂ ਹੀ ਥੱਲੜੀ ਰਕਮ ਕਿੱਧਰ ਜਾਣੀ ਹੈ? ਦੂਜੇ ਪਾਸੇ ਸਾਈਡ ਤੇ, ਤੇ ਜਿਹੜੀ ਉੱਪਰਲੀ ਰਕਮ ਸੀ ਉਹਨੇ ਕਿੱਧਰ ਜਾਣਾ? ਥੱਲੇ, ਠੀਕ ਹੈ ਜੀ। ਆਪਾਂ ਇੱਕ ਸਟੈਪ ਚ ਸਾਰਾ ਸਿਸਟਮ ਮੁਕਾ ਤਾ। ਹਮੇਸ਼ਾ ਆਪਾਂ ਪਹਿਲਾਂ ਵੀ ਦੇਖਿਆ ਅੰਗਰੇਜ਼ੀ ਅੱਖਰ ਦੇ ਨਾਲ ਵਾਲੀਆਂ ਰਕਮਾਂ ਹੀ ਦੂਜੇ ਪਾਸੇ ਜਾਂਦੀਆਂ। ਜਿਹੜੀ ਥੱਲੇ ਲਿਖੀ ਆ ਉਹਨੇ ਉੱਪਰ ਜਾਣਾ, ਜਿਹੜੀ ਉੱਪਰ ਲਿਖੀ ਉਹਨੇ। ਹੁਣ ਪਹਾੜਿਆਂ ਤੇ ਕੱਟੀਏ, ਸੱਤ ਦੇ ਪਹਾੜੇ ਤੇ ਸੱਤੂ ਦੂਨੀ ਚੌਦਾਂ, ਸੱਤੂ ਦੀ ਆ ਦੋ ਦੇ ਪਹਾੜੇ ਤੇ ਦੋ ਏਕਮ ਦੋ, ਚੌਵੀ ਨੂੰ ਕੱਟਿਆ ਕਿੰਨਾ ਆ ਗਿਆ? ਹੁਣ ਥੱਲੇ ਦਾ ਇੱਕ ਰਹਿ ਗਿਆ, ਉੱਪਰ ਕਿੰਨਾ ਆ ਗਿਆ? ਬਾਰਾਂ ਸੀ ਆ ਛੱਤੀ, ਯਾਨੀ ਕਿ ਜਵਾਬ ਕਿੰਨਾ ਆ ਗਿਆ? ਸਮਝ ਲੱਗ ਗਈ ਸਾਰਿਆਂ ਨੂੰ? ਬਸ ਬਸ।